ਕਾਫੀ ਸਮਾਜ ਸੇਵਾ ਦੇ ਕੰਮ ਤੇ ਕੈਂਪ ਵਗੈਰਾ ਦੇ ਬਾਰੇ ਵੀ ਸਾਡੀ ਅੱਜ ਮੀਟਿੰਗ ਹੋਈ ਹੈ ਤੇ ਅਸੀਂ ਮੀਟਿੰਗ ਕਰਾਂਗੇ। ਸੋ ਨਾਲੇ ਜਿਹੜੀ ਦੂਸਰੀ ਜਿਹੜੀ ਗੱਲ ਹੈ ਮੈਂ ਕਰਨਾ ਚਾਹਾਂਗਾ, ਸਾਡੇ ਕਲੱਬ ਦੇ ਜਿਹੜੇ ਪਿਛਲੀ ਮੀਟਿੰਗ ਹੋਈ ਸੀ ਉਸ ਵਿੱਚ ਕੁਝ ਨਾਰਾਜ਼ਗੀਆਂ ਕਰਕੇ ਸਾਡੇ ਪੁਰਾਣੇ ਜਿਹੜੇ ਮੈਂਬਰ ਸੀਗੇ ਉਹ ਸਾਨੂੰ ਜਿਹੜਾ ਹੈ ਛੱਡ ਕੇ ਚਲੇ ਗਏ ਜਾਂ ਨਾਰਾਜ਼ ਹੋ ਗਏ। ਸੇਵਾਦਾਰ ਹੋਣ ਕਰਕੇ ਮੈਂ ਉਹਨਾਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕਰਨਾ ਚਾਹਾਂਗਾ ਕਿ ਮੇਰੇ ਜਿਹੜੇ ਪੁਰਾਣੇ ਮੈਂਬਰ ਹੈ ਉਹ ਮੇਰੇ ਬੜੇ ਸਤਿਕਾਰਯੋਗ ਮੈਂਬਰ ਹੈ। ਚਲੋ ਗੁੱਸਾ ਗਿਲਾ ਪਰਿਵਾਰ ਦੇ ਵਿੱਚ ਹੁੰਦਾ, ਜੇ ਇੱਕ ਪਰਿਵਾਰ ਦੇ ਵਿੱਚ ਕਈ ਭਾਂਡੇ ਹੁੰਦੇ ਆ ਉਹ ਖੜਕਦੇ ਵੀ ਹੈ। ਜੇ ਆਪਾਂ ਆਪਸ ਵਿੱਚ ਨਾਰਾਜ਼ ਹੋ ਗਏ ਹਾਂ ਅਤੇ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਜਾਂ ਕਿਸੇ ਤੋਂ ਵੀ ਕੋਈ ਗਲਤੀ ਹੋਈ ਹੈ, ਮੈਂ ਇਸ ਕਲੱਬ ਦਾ ਸੀਨੀਅਰ ਮੈਂਬਰ ਹੋਣ ਕਰਕੇ ਮੈਂ ਉਹਨਾਂ ਤੋਂ ਮਾਫ਼ੀ ਮੰਗਦਾ। ਗੱਲਾਂ ਹੁੰਦੀਆਂ ਰਹਿੰਦੀਆਂ ਅਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ, ਸਾਡੇ ਕੱਕੜ ਜੀ ਹੈਗੇ, ਵਿਜੇ ਜੀ ਹੈਗੇ ਅਤੇ ਹੋਰ ਵੀ ਜਿਹੜੇ ਸੀਨੀਅਰ ਮੈਂਬਰ ਹੈ ਸਾਡੇ ਤੋਂ ਨਾਰਾਜ਼ ਹੋ ਕੇ ਗਏ ਹੈ, ਅਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਕਲੱਬ ਦੇ ਵਿੱਚ ਦੁਬਾਰਾ ਆਓ ਅਤੇ ਬੜੀ ਖੁਸ਼ੀ ਦੀ ਗੱਲ ਹੈ ਅਤੇ ਆਉਣਗੇ, ਸਾਨੂੰ ਉਹਨਾਂ ਤਾਂ ਖੁਸ਼ੀ ਹੈ ਹੀ ਹੈ, ਲੇਕਿਨ ਸਾਡੇ ਜਿਹੜੇ ਪੁਰਾਣੇ ਮੈਂਬਰ ਹੈ ਸਾਨੂੰ ਉਹਨਾਂ ਦਾ ਦੁੱਖ ਹੈ ਵੀ ਉਹ ਸਾਨੂੰ ਛੱਡ ਕੇ ਗਏ ਹੈ। ਜੀ, ਮੈਂ ਇੱਕ ਖੁਸ਼ ਨਸੀਬ ਹਾਂ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਇਹ ਕਲੱਬ, ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਕਿ ਰਜਿਸਟਰਡ ਹੋ ਚੁੱਕਿਆ, 319 ਨੰਬਰ ਸਾਨੂੰ ਮਿਲਿਆ, ਹੋਰ ਬਣਿਆ ਜਿਵੇਂ ਕਿ ਉਹ ਸਾਡੇ ਸੀਨੀਅਰ ਮੈਂਬਰ ਹੀ ਨੇ ਜਿਹੜੇ ਕਿ ਇਸ ਕਲੱਬ ਨੂੰ ਛੱਡ ਕੇ ਗਏ ਸੀ। ਸਾਤੋਂ ਵੀ ਸੀਨੀਅਰ ਨੇ ਕਿਉਂਕਿ ਮੈਂ ਇਸ ਕਲੱਬ ਦੇ ਨਾਲ 5 ਜਾਂ 6 ਸਾਲਾਂ ਤੋਂ ਪਿਛਲੇ ਤੋਂ ਜੁੜਿਆ ਹੋਇਆ। ਮੈਂ ਵੀ ਉਹਨਾਂ ਨੂੰ ਸੰਦੀਪ ਜੀ ਵਾਂਗ ਬੇਨਤੀ ਕਰਾਂਗਾ ਕਿ ਅਗਰ ਸਾਤੋਂ ਕੋਈ ਕੁਤਾਹੀ ਹੋਈ ਹੈ, ਕੋਈ ਗਲਤੀ ਹੋਈ, ਅਸੀਂ ਉਹਨਾਂ ਤੋਂ ਮਾਫ਼ੀ ਮੰਗ ਲੈਂਦੇ ਹਾਂ। ਅਸੀਂ ਔਨ ਰਿਕਾਰਡ ਇਹ ਮਾਫ਼ੀ ਮੰਗ ਰਹੇ ਹਾਂ, ਅਗਰ ਉਹ ਸਾਡੇ 'ਚ ਆਉਣਾ ਚਾਹੇ ਤਾਂ ਆ ਸਕਦੇ ਹਾਂ। ਕਲੱਬ ਨੂੰ ਅਤੇ ਦਰਸ਼ਨ ਖਾਨ ਜੀ ਨੂੰ ਅਤੇ ਬਾਕੀ ਮੈਂਬਰਾਂ ਨੂੰ ਵਧਾਈ ਦੇਣਾ ਚਾਹੂੰਗਾ। ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡਾ ਕਲੱਬ ਰਜਿਸਟਰਡ ਹੋਇਆ, ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡਾ ਕਲੱਬ ਰਜਿਸਟਰਡ ਹੋਇਆ, ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡਾ ਕਲੱਬ ਰਜਿਸਟਰਡ ਹੋਇਆ। ਪ੍ਰਧਾਨ ਜੀ ਨੂੰ ਕਿਹਾ ਸੀਗਾ ਕਿ ਪ੍ਰਧਾਨ ਜੀ ਆਪਣਾ ਕਲੱਬ ਰਜਿਸਟਰਡ ਹੋਣਾ ਚਾਹੀਦਾ, ਤਾਂ ਇਹ ਦਰਸ਼ਨ ਖਾਨ ਜੀ ਦੀ ਮਿਹਨਤ ਸਦਕਾ ਹੈ ਅਤੇ ਬਾਕੀ ਮੈਂਬਰਾਂ ਦੀ ਯਾਨੀ ਕਿ ਮਿਹਨਤ ਸਦਕਾ ਅੱਜ ਸਾਡਾ ਯਾਨੀ ਕਲੱਬ ਦਾ ਰਜਿਸਟਰਡ ਹੋ ਚੁੱਕਿਆ ਹੈ। ਸੋ ਅੱਜ ਦੀ ਮੀਟਿੰਗ ਜਿਹੜੀ ਰੱਖੀ ਗਈ ਹੈ ਉਹ ਦਰਸ਼ਨ ਖਾਨ ਜੀ ਜਿਹੜੇ ਪ੍ਰਧਾਨ ਹੈ ਸਾਡੇ ਦਾ ਪ੍ਰੈਸ ਕਲੱਬ ਰਾਜਪੁਰਾ ਦੇ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਰੱਖੀ ਗਈ ਹੈ ਅਤੇ ਸਾਡੇ ਚੇਅਰਮੈਨ ਸਾਹਿਬ ਜਿਹੜੇ ਹੈ ਅਜੇ ਕਮਲ ਜੀ ਵੀ ਸਾਡੇ ਨਾਲ ਮੌਜੂਦ ਹੈ ਅਤੇ ਸਾਰੇ ਸਮੂਹ ਮੈਂਬਰ ਗਣ ਸਾਡੇ ਨਾਲ ਮੌਜੂਦ ਹੈ। ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਜਿਹੜੇ ਪਿੱਛੇ ਮੈਂਬਰ ਅਸੀਂ ਨਵੇਂ ਰੱਖੇ ਸੀਗੇ, ਚਾਵਲਾ ਜੀ ਹੈ, ਵਿਨੋਦ ਚਾਵਲਾ ਜੀ ਅਤੇ ਬੱਬੂ ਦਿਲਹੋੜ ਜੀ, ਅਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਸੀਨੀਅਰ ਪੱਤਰਕਾਰ ਦਇਆ ਸਿੰਘ ਜੀ ਜਿਹੜੇ ਆ ਸਾਡੇ ਨਵੇਂ ਮੈਂਬਰ ਬਣੇ ਆ ਅਤੇ ਅਨਮੋਲ ਜੀ ਹੈਗੇ ਉਹ ਵੀ ਸਾਡੇ ਜਿਹੜੇ ਹੈ ਨਵੇਂ ਮੈਂਬਰ ਬਣੇ ਆ, ਮੈਂ ਇਹਨਾਂ ਦਾ ਵੀ ਆਪਣੇ ਕਲੱਬ ਦੇ ਵਿੱਚ ਸਵਾਗਤ ਕਰਾਂਗਾ ਅਤੇ ਮੇਰੇ ਤੋਂ ਬਾਅਦ ਪ੍ਰਧਾਨ ਜੀ ਵੀ ਬੋਲਣਗੇ। ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਅੱਜ ਮੈਂ ਸਭ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਸਾਡਾ ਦਾ ਪ੍ਰੈਸ ਕਲੱਬ ਰਾਜਪੁਰਾ ਕਾਫੀ ਸਮੇਂ ਤੋਂ ਜਿਹੜਾ ਕੰਮ ਕਰ ਰਿਹਾ ਸੀਗਾ ਅਤੇ ਹੁਣ ਜਿਹੜਾ ਹੈ ਇਹਨੂੰ ਹੋਰ ਜਿਹੜਾ ਬਲ ਮਿਲਿਆ ਕਿਉਂਕਿ ਸਾਡਾ ਕਲੱਬ ਜਿਹੜਾ ਹੈ ਹੁਣ ਰਜਿਸਟਰਡ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਰਜਿਸਟਰਡ ਹੋ ਚੁੱਕਿਆ ਹੈ ਦਾ ਪ੍ਰੈਸ ਕਲੱਬ ਰਾਜਪੁਰਾ, ਅਤੇ ਇਹਦਾ ਨਾਮ ਜਿਹੜਾ ਦਾ ਪ੍ਰੈਸ ਕਲੱਬ ਰਾਜਪੁਰਾ ਰਜਿਸਟਰਡ ਹੋ ਗਿਆ। ਅਤੇ ਹੁਣ ਜਿਹੜਾ ਹੈ ਅਸੀਂ ਕੱਲ੍ਹ ਨੂੰ ਜੇ ਕੋਈ ਪ੍ਰੋਗਰਾਮ ਕਰਦੇ ਹਾਂ, ਜੇ ਸਰਕਾਰ ਤੋਂ ਸਾਨੂੰ ਮਦਦ ਚਾਹੀਦੀ ਹੈ, ਅਸੀਂ ਸਰਕਾਰ ਤੋਂ ਵੀ ਮਦਦ ਲੈ ਸਕਦੇ ਹਾਂ ਕਿਉਂਕਿ ਸਾਡੇ ਮਾਣਯੋਗ ਜਿਹੜੇ ਵਿਧਾਇਕਾ ਹੈਗੇ ਮੈਡਮ ਨੀਨਾ ਮਿੱਤਲ, ਉਹ ਜਿਹੜੇ ਪੱਤਰਕਾਰਾਂ ਬਾਰੇ ਬਹੁਤ ਜਿਹੜਾ ਹੈ ਸੋਚਦੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੋਂ ਵੀ ਅਸੀਂ ਸਹਿਯੋਗ ਲਵਾਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਲੱਬ ਜਿਹੜਾ ਹੈ ਕਾਫੀ ਸਮਾਜ ਸੇਵਾ ਦੇ ਕੰਮ ਅਤੇ ਕੈਂਪ ਵਗੈਰਾ ਦੇ ਬਾਰੇ ਵੀ ਸਾਡੀ ਅੱਜ ਮੀਟਿੰਗ ਹੋਈ ਹੈ ਅਤੇ ਅਸੀਂ ਮੀਟਿੰਗ ਕਰਾਂਗੇ। ਸੋ ਨਾਲੇ ਜਿਹੜੀ ਦੂਸਰੀ ਜਿਹੜੀ ਗੱਲ ਹੈ ਮੈਂ ਕਰਨਾ ਚਾਹਾਂਗਾ, ਸਾਡੇ ਕਲੱਬ ਦੇ ਜਿਹੜੇ ਪਿਛਲੀ ਮੀਟਿੰਗ ਹੋਈ ਸੀ ਉਸ ਵਿੱਚ
ਕੁਛ ਨਾਰਾਜ਼ਗੀਆਂ ਕਰਕੇ ਸਾਡੇ ਪੁਰਾਣੇ ਜਿਹੜੇ ਮੈਂਬਰ ਸੀਗੇ ਉਹ ਸਾਨੂੰ ਜਿਹੜਾ ਹੈ ਛੱਡ ਕੇ ਚਲੇ ਗਏ ਜਾਂ ਨਾਰਾਜ਼ ਹੋ ਗਏ। ਤੇ ਮੈਂ ਦੇਖੋ ਪੁਰਾਣਾ ਮੈਂਬਰ ਹੋਣ ਕਰਕੇ, ਇਸ ਕਲੱਬ ਦਾ ਸੇਵਾਦਾਰ ਹੋਣ ਕਰਕੇ, ਮੈਂ ਉਹਨਾਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਕਰਨਾ ਚਾਹਾਂਗਾ ਕਿ ਮੇਰੇ ਜਿਹੜੇ ਪੁਰਾਣੇ ਮੈਂਬਰ ਹੈ ਉਹ ਮੇਰੇ ਬੜੇ ਸਤਿਕਾਰਯੋਗ ਮੈਂਬਰ ਹੈ। ਚਲੋ ਗੁੱਸਾ ਗਿਲਾ ਪਰਿਵਾਰ ਦੇ ਵਿੱਚ ਹੁੰਦਾ, ਜੇ ਇੱਕ ਪਰਿਵਾਰ ਦੇ ਵਿੱਚ ਕਈ ਭਾਂਡੇ ਹੁੰਦੇ ਆ ਉਹ ਖੜਕਦੇ ਵੀ ਹੈ। ਜੇ ਆਪਾਂ ਆਪਸ ਵਿੱਚ ਨਾਰਾਜ਼ ਹੋ ਗਏ ਹਾਂ ਤੇ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਜਾਂ ਕਿਸੇ ਤੋਂ ਵੀ ਕੋਈ ਗਲਤੀ ਹੋਈ ਹੈ, ਮੈਂ ਇਸ ਕਲੱਬ ਦਾ ਸੀਨੀਅਰ ਮੈਂਬਰ ਹੋਣ ਕਰਕੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਜੇ ਸਾਡੇ ਕਲੱਬ ਦੇ ਕਿਸੇ ਵੀ ਮੈਂਬਰ ਤੋਂ ਕੋਈ ਵੀ ਗਲਤੀ ਹੋਈ ਹੈ, ਊਚ ਨੀਚ ਬੋਲਿਆ ਗਿਆ ਕਿਸੇ ਨੂੰ। ਚਲੋ ਆਪਸ ਵਿੱਚ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ, ਸਾਡੇ ਕੱਕੜ ਜੀ ਹੈਗੇ, ਵਿਜੇ ਜੀ ਹੈਗੇ ਤੇ ਹੋਰ ਵੀ ਜਿਹੜੇ ਸੀਨੀਅਰ ਮੈਂਬਰ ਹੈ ਸਾਡੇ ਤੋਂ ਨਾਰਾਜ਼ ਹੋ ਕੇ ਗਏ ਹੈ, ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਕਲੱਬ ਦੇ ਵਿੱਚ ਦੁਬਾਰਾ ਆਓ ਤੇ ਬੜੀ ਖੁਸ਼ੀ ਦੀ ਗੱਲ ਹੈ ਜੋ ਕੰਮ ਪਹਿਲਾਂ ਨਹੀਂ ਹੋਇਆ ਸੀ ਉਹ ਕੰਮ ਹੁਣ ਹੋ ਚੁੱਕਿਆ ਹੈ। ਦਾ ਪ੍ਰੈਸ ਕਲੱਬ ਰਾਜਪੁਰਾ ਰਜਿਸਟਰਡ ਹੋ ਚੁੱਕਿਆ ਤੇ ਮੇਰੇ ਨਾਲ ਅਜੇ ਕਮਲ ਜੀ ਵੀ ਹੈ ਤੇ ਸਾਡੇ ਪ੍ਰਧਾਨ ਦਰਸ਼ਨ ਖਾਨ ਜੀ ਵੀ ਹੈਗੇ। ਇਹਨਾਂ ਵੱਲੋਂ ਵੀ ਜਿਹੜੀ ਹੈ ਮੈਂ ਪ੍ਰਾਰਥਨਾ ਕਰਾਂਗਾ ਉਹਨਾਂ ਨੂੰ ਵੀ ਆਪਣਾ ਪਰਿਵਾਰ ਵੱਡਾ ਕਰੋ, ਤੇ ਸਾਡੇ 4 ਮੈਂਬਰ ਹੋਰ ਵੀ ਆ ਚੁੱਕੇ ਹੈ ਤੇ ਸਾਡਾ ਪਰਿਵਾਰ ਵੱਧ ਰਿਹਾ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੁਰਾਣੇ ਮੈਂਬਰ ਛੱਡ ਕੇ ਚਲੇ ਜਾਣ ਤੇ ਨਵੇਂ ਮੈਂਬਰ ਸਾਡੇ ਆਣਗੇ। ਸਾਨੂੰ ਉਹਨਾਂ ਤੇ ਖੁਸ਼ੀ ਹੈ ਹੀ ਹੈ, ਲੇਕਿਨ ਸਾਡੇ ਜਿਹੜੇ ਪੁਰਾਣੇ ਮੈਂਬਰ ਹੈ ਸਾਨੂੰ ਉਹਨਾਂ ਦਾ ਦੁੱਖ ਹੈ ਵੀ ਉਹ ਸਾਨੂੰ ਛੱਡ ਕੇ ਗਏ ਹੈ ਤੇ ਮੈਂ ਚਾਹਾਂਗਾ, ਮੇਰੀ ਦਿਲੀ ਇੱਛਾ ਹੈ ਕਿ ਜਦ ਸਾਡੀ ਅਗਲੀ ਮੀਟਿੰਗ ਹੋਵੇ ਤਾਂ ਉਹ ਸਾਡੇ ਨਾਲ ਬੈਠੇ ਹੋਣ। ਤੇ ਇੰਨਾ ਹੀ ਮੈਂ ਕਹਿੰਦੇ ਹੋਏ ਸਭ ਦਾ ਧੰਨਵਾਦ ਕਰਾਂਗਾ ਤੇ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਆਪਣੇ ਪ੍ਰਧਾਨ ਜੀ ਨੂੰ ਦਰਸ਼ਨ ਖਾਨ ਜੀ ਨੂੰ ਤੇ ਚੇਅਰਮੈਨ ਅਜੇ ਕਮਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਧੰਨਵਾਦ। ਅੱਜ ਇਸ ਕਲੱਬ ਦੇ ਲਈ ਇੱਕ ਬਹੁਤ ਜ਼ਿਆਦਾ ਖੁਸ਼ੀ ਦਾ ਮੌਕਾ ਹੈ, ਜਿਵੇਂ ਕਿ ਸਾਡੇ ਸੰਦੀਪ ਜੀ ਨੇ, ਜਿਹੜੇ ਸੀਨੀਅਰ ਮੈਂਬਰ ਨੇ, ਸ਼ੁਰੂ ਤੋਂ ਕਲੱਬ ਚਲਾਉਂਦੇ ਆ ਰਹੇ ਨੇ, ਇਹਨਾਂ ਵੱਲੋਂ ਸਾਰੀ ਕਹਾਣੀ ਵੈਸੇ ਦੱਸ ਹੀ ਦਿੱਤੀ ਹੈ ਕਲੱਬ ਬਾਰੇ। ਮੈਂ ਥੋੜ੍ਹਾ ਜਿਹਾ ਦੱਸ ਦੇਵਾਂ, ਮੇਰੀ ਪ੍ਰਧਾਨਗੀ ਦੇ ਵਿੱਚ ਜਿਹੜੀ ਅੱਜ ਮੀਟਿੰਗ ਹੋਈ ਹੈ, ਇਹ ਮੀਟਿੰਗ ਦਾ ਜਿਹੜਾ ਮੇਨ ਮੋਟਿਵ ਸੀ ਇਹੀ ਸੀ ਕਿ ਆਪਾਂ ਇੱਕ ਕੈਂਪ ਲਾਈਏ ਜਾਂ ਫਿਰ ਕੋਈ ਹੋਰ ਐਸਾ ਉਪਰਾਲਾ ਕਰੀਏ ਜਿਵੇਂ ਕਿ ਕਲੱਬ ਪਹਿਲਾਂ ਸ਼ੁਰੂ ਤੋਂ ਕਰਦਾ ਆ ਰਿਹਾ। ਉਸੇ ਨੂੰ ਲੈ ਕੇ ਅੱਜ ਸਾਡੀ ਮੀਟਿੰਗ ਦੇ ਵਿੱਚ ਇੱਕ ਖੂਨਦਾਨ ਕੈਂਪ ਦਾ ਵੀ ਇੱਕ ਜਿਹੜਾ ਉਪਰਾਲਾ ਅਤੇ ਨਾਲ ਮੈਡੀਕਲ ਕੈਂਪ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸਾਰੀਆਂ ਸਾਡੀਆਂ ਆਪਸ ਦੇ ਵਿੱਚ, ਉਹਦੇ ਬਾਰੇ ਇੱਕ ਡਿਸੀਜਨ ਲਿੱਤਾ ਹੋਇਆ। ਸਭ ਤੋਂ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਕਲੱਬ ਕਾਫੀ ਸਾਲਾਂ ਤੋਂ ਜਿਵੇਂ ਕਿ ਚੱਲ ਰਿਹਾ ਸੀ, ਅੱਜ ਮੇਰੀ ਪ੍ਰਧਾਨਗੀ, ਮੈਂ ਇੱਕ ਖੁਸ਼ ਨਸੀਬ ਹਾਂ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਇਹ ਕਲੱਬ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਰਜਿਸਟਰਡ ਹੋ ਚੁੱਕਿਆ, 319 ਨੰਬਰ ਸਾਨੂੰ ਮਿਲਿਆ ਇਸ ਕਲੱਬ ਦੇ ਨਾਮ ਤੇ। ਪਹਿਲਾਂ ਇਹ ਜੋ ਚੱਲਦਾ ਆ ਰਿਹਾ ਸੀ, ਇੱਕ ਕਲੱਬ ਹੋਰ ਬਣਿਆ ਜਿਵੇਂ ਕਿ ਉਹ ਸਾਡੇ ਸੀਨੀਅਰ ਮੈਂਬਰ ਹੀ ਨੇ ਜਿਹੜੇ ਕਿ ਇਸ ਕਲੱਬ ਨੂੰ ਛੱਡ ਕੇ ਗਏ ਸੀ, ਸਾਤੋਂ ਵੀ ਸੀਨੀਅਰ ਨੇ, ਕਿਉਂਕਿ ਮੈਂ ਇਸ ਕਲੱਬ ਦੇ ਨਾਲ 5 ਜਾਂ 6 ਸਾਲਾਂ ਤੋਂ ਪਿਛਲੇ ਤੋਂ ਜੁੜਿਆ ਹੋਇਆ। ਤੇ ਮੈਂ ਵੀ ਉਹਨਾਂ ਨੂੰ ਸੰਦੀਪ ਜੀ ਵਾਂਗ ਬੇਨਤੀ ਕਰਾਂਗਾ ਕਿ ਅਗਰ ਸਾਤੋਂ ਕੋਈ ਕੁਤਾਹੀ ਹੋਈ ਹੈ, ਕੋਈ ਗਲਤੀ ਹੋਈ, ਅਸੀਂ ਉਹਨਾਂ ਤੋਂ ਮਾਫੀ ਮੰਗ ਲੈਂਦੇ ਹਾਂ, ਅਸੀਂ ਔਨ ਰਿਕਾਰਡ ਇਹ ਮਾਫੀ ਮੰਗ ਰਹੇ ਹਾਂ। ਅਗਰ ਉਹ ਸਾਡੇ 'ਚ ਆਉਣਾ ਚਾਹੇ ਤਾਂ ਆ ਸਕਦੇ ਹਾਂ। ਹੋਰ ਵੀ ਸੀਨੀਅਰ ਮੈਂਬਰ ਕੋਈ ਜਿਹੜਾ ਕਿ ਪੱਤਰਕਾਰੀ ਨਿਰਪੱਖ ਕਰਦਾ ਹੋਵੇ, ਉਹ ਵੀ ਸਾਡੇ ਕਲੱਬ ਦੇ ਵਿੱਚ, ਅਸੀਂ ਉਹਨੂੰ ਵੀ ਵੈਲਕਮ ਕਰਾਂਗੇ ਅਗਰ ਉਹ ਆਉਣਾ ਚਾਹੁੰਦਾ ਹੋਵੇ। ਜਿਵੇਂ ਕਿ ਉਹ ਜਿਹੜਾ ਅਸੀਂ ਕੈਂਪ ਲਾਉਣਾ ਚਾਹੁੰਦੇ ਹਾਂ ਵੀ ਉਹ ਸਾਡੇ ਨਾਲ ਆ ਕੇ ਲਾਉਣ। ਹਾਂ, ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਕੈਂਪ ਅਸੀਂ ਲਾਉਣਾ ਚਾਹੁੰਦੇ ਹਾਂ, ਅੱਗੇ ਸਾਡਾ ਕੈਂਪ ਲੱਗਣਾ, ਕਿ ਜਿਹੜੇ ਸਾਡੇ ਮੈਂਬਰ ਸਾਨੂੰ ਸਾਡੇ ਕਲੱਬ ਨੂੰ ਛੱਡ ਕੇ ਗਏ ਨੇ, ਕਿਉਂਕਿ ਉਹ ਇਸੇ ਕਲੱਬ ਦੇ ਇੱਕ ਮੈਂਬਰ ਨੇ, ਸਾਤੋਂ ਸੀਨੀਅਰ ਨੇ, ਅਸੀਂ ਉਹਨਾਂ ਨੂੰ ਫਿਰ ਦੁਬਾਰਾ ਅਪੀਲ ਕਰਦੇ ਹਾਂ ਕਿ ਉਹ ਅਗਰ ਆਉਣਾ ਚਾਹੁਣ ਸਾਡੇ ਕਲੱਬ ਦੇ ਵਿੱਚ ਤਾਂ ਉਹ ਆ ਸਕਦੇ ਨੇ, ਉਹਨਾਂ ਦਾ ਮੋਸਟ ਵੈਲਕਮ ਹੈ, ਕਿਉਂਕਿ ਇਹ ਕਲੱਬ ਉਹਨਾਂ ਦਾ ਵੀ ਉਨਾ ਹੀ ਸੀ ਜਿੰਨਾ ਸਾਡਾ ਸੀ। ਇਹ ਸਾਡਾ ਨਹੀਂ ਬਲਕਿ ਸਾਰਿਆਂ ਦਾ ਕਲੱਬ ਹੈ, ਇਹ ਪੂਰੇ ਸ਼ਹਿਰ ਦਾ, ਕਿਉਂਕਿ ਸ਼ਹਿਰ ਦੀ ਭਲਾਈ ਦੇ ਲਈ ਕਲੱਬ ਬਣਿਆ ਹੋਇਆ ਹੈ, ਤਾਂ ਕਿ ਸ਼ਹਿਰ ਦੇ ਵਿੱਚ ਕੋਈ ਐਸੀ ਮਤਲਬ ਲੋਕਾਂ ਦਾ ਇੱਕ ਭਲਾ ਕਰ ਸਕੇ ਜਿਵੇਂ ਕਿ ਆਮ ਹੋਰ ਕਲੱਬ ਕਰਦੇ ਨੇ। ਉਸੇ ਚੀਜ਼ ਨੂੰ ਲੈ ਕੇ ਅੱਜ ਸਾਡੀ ਇਹ ਮੀਟਿੰਗ ਰੱਖੀ ਗਈ ਹੈ। ਇੰਨਾ ਕੁਝ ਕਹਿੰਦਾ ਹੋਇਆ, ਜੇ ਕੁਛ ਉੱਚਾ ਨੀਚਾ ਕਿਹਾ ਹੋਵੇ ਤਾਂ ਮਾਫੀ ਚਾਹੁੰਦਾ। ਮੈਂ ਸਭ ਤੋਂ ਪਹਿਲਾਂ ਆਪਣੇ ਕਲੱਬ ਨੂੰ, ਯਾਨੀ ਕਿ ਦਰਸ਼ਨ ਖਾਨ ਜੀ ਨੂੰ ਤੇ ਬਾਕੀ ਮੈਂਬਰਾਂ ਨੂੰ ਵਧਾਈ ਦੇਣਾ ਚਾਹੂੰਗਾ, ਕਿਉਂਕਿ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡਾ ਕਲੱਬ ਰਜਿਸਟਰਡ ਹੋਇਆ।
ਕਿਉਂਕਿ ਰਾਜਪੁਰਾ ਦੇ ਵਿੱਚ ਆਪਣੇ ਸਾਡਾ ਸ਼ਾਇਦ ਮੈਨੂੰ ਜਿੱਥੇ ਤੱਕ ਨੌਲੇਜ ਹੈ ਕਿ 2 ਕਲੱਬ ਰਜਿਸਟਰਡ ਨੇ। ਇਸ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਨਹੀਂ ਹੈ, ਕਿਉਂਕਿ ਅਸੀਂ ਛੋਟੀ ਜਿਹੀ ਇੱਕ ਪ੍ਰਧਾਨ ਜੀ ਨੂੰ ਕਿਹਾ ਸੀਗਾ ਕਿ ਪ੍ਰਧਾਨ ਜੀ ਆਪਣਾ ਕਲੱਬ ਰਜਿਸਟਰਡ ਹੋਣਾ ਚਾਹੀਦਾ, ਤਾਂ ਇਹ ਦਰਸ਼ਨ ਖਾਨ ਜੀ ਦੀ ਮਿਹਨਤ ਸਦਕਾ ਹੈ ਅਤੇ ਬਾਕੀ ਮੈਂਬਰਾਂ ਦੀ ਯਾਨੀ ਕਿ ਮਿਹਨਤ ਸਦਕਾ ਅੱਜ ਸਾਡਾ ਯਾਨੀ ਕਲੱਬ ਜਿਹੜਾ ਰਜਿਸਟਰਡ ਹੋ ਚੁੱਕਿਆ। ਅਤੇ ਜਿਵੇਂ ਹੀ ਆਪਣੇ ਆਪਣੇ ਪ੍ਰਧਾਨ ਜੀ ਨੇ ਅਤੇ ਸੰਦੀਪ ਚੌਧਰੀ ਜੀ ਨੇ ਆਪਣੇ ਬਾਕੀ ਜਿਹੜੇ ਸਾਡੇ ਤੋਂ ਵਿਛੜ ਕੇ ਗਏ ਨੇ ਸਾਡੇ ਸਾਥੀ, ਉਹਨਾਂ ਨੂੰ ਅਪੀਲ ਕੀਤੀ ਹੈ ਕਿ ਪਲੀਜ਼ ਸਾਡੇ ਨਾਲ ਯਾਨੀ ਕਿ ਆ ਜਾਓ, ਤਾਂ ਕਿਉਂਕਿ ਯਾਰਾਂ ਦੋਸਤਾਂ ਨਾਲ ਮਿੱਤਰਾਂ ਨਾਲ ਹੀ ਕਲੱਬ ਵਧੀਆ ਲੱਗਦੇ ਨੇ। ਕਿਉਂਕਿ ਅਗਰ ਜਿੱਥੇ ਆਪਾਂ ਸਾਂਝੇ ਬੈਠੇ ਸੀਗੇ ਤਾਂ ਇੱਕ ਵਾਰੀ ਆਪਾਂ ਫਿਰ ਸਾਂਝੇ ਬੈਠੀਏ ਅਤੇ ਜਿਹੜੇ ਹੋਰ ਪ੍ਰੋਗਰਾਮ ਨੇ ਆਪਾਂ ਸਾਂਝੇ ਕਰੀਏ। ਥੈਂਕ ਯੂ ਸੋ ਮੱਚ।